ਹੈਲੋ ਦੋਸਤੋ ਤੁਹਾਡਾ ਸਾਰਿਆਂ ਦਾ ਸਾਡੇ ਇਸ ਚੈਨਲ ਜਨਨ ਨੌਲੇਜ ਵਿਲਾ ਉੱਪਰ ਬਹੁਤ ਸਵਾਗਤ ਹੈ ਤਾਂ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਆਈਕੇ ਗੁਜਰਾਲ ਪੀਟੀਯੂ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿੱਚ ਜੋ ਗੈਸਟ ਫੈਕਲਟੀ ਦੀਆਂ ਪ੍ਰਤਿਆਂ ਆਈਆਂ ਹਨ ਉਹਨਾਂ ਬਾਰੇ ਦੱਸਣ ਜਾ ਰਿਹਾ ਹਾਂ ਮੈਂ ਤੁਹਾਨੂੰ ਇਹਨਾਂ ਦੀ ਨੋਟੀਫਿਕੇਸ਼ਨ ਉੱਪਰ ਲੈ ਆ ਜਾਵਾਂ ਇਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਪਲੀਜ਼ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਦੀ ਨਾਲ ਬੈਲ ਆਈਕਨ ਦੱਬੋ ਤਾਂ ਕਿ ਆਉਣ ਵਾਲੀਆਂ ਜੋਬਸ ਬਾਰੇ ਜਿਹੜੀ ਇਨਫੋਰਮੇਸ਼ਨ ਹੈ ਤੁਹਾਨੂੰ ਟਾਈਮ ਟੂ ਟਾਈਮ ਮਿਲਦੀ ਰਹੇ ਤਾਂ ਹੁਣ ਮੈਂ ਤੁਹਾਨੂੰ ਇਹਨਾਂ ਦੀ ਨੋਟੀਫਿਕੇਸ਼ਨ ਉੱਪਰ ਲੈ ਚੱਲਦਾ ਹਾਂ ਤਾਂ ਦੋਸਤੋ ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਗੈਸਟ ਫੈਕਲਟੀ ਦੀਆਂ ਜਿਹੜੀਆਂ ਭਰਤੀਆਂ ਕੱਢੀਆਂ ਗਈਆਂ ਹਨ ਠੀਕ ਹੈ ਜੀ ਇਹ ਭਰਤੀਆਂ अर्ਲੀ ਬੇਸਿਸ ਤੇ ਹੋਣਗੀਆਂ ਠੀਕ ਹੈ ਜੀ ਮੇਨ ਕੈਂਪਸ ਅਤੇ ਇਹਨਾਂ ਦੇ ਹੋਰ ਨਾ ਕੈਂਪਸਾਂ ਵਿੱਚ ਇਹ ਜੜੀਆਂ ਭਰਤੀ ਕੀਤੀ ਜਾਵੇਗੀ ਤੇ ਤੁਸੀਂ ਆਪਣੀ ਸਕਰੀਨ ਉੱਪਰ ਦੇਖ ਸਕਦੇ ਹੋ ਕਿ 15 ਜਿਹੜੀ ਵੱਖ-ਵੱਖ ਸਬਜੈਕਟਸ ਨੇ ਜਿਨ੍ਹਾਂ ਵਿੱਚ ਇਹਨਾਂ ਨੇ ਗੈਸਟ ਫੈਕਲਟੀ ਦੀ ਭਰਤੀ ਕਰਨੀ ਹੈ ਤੇ ਇਹਨਾਂ ਨੇ ਮਿਨਿਮਮ ਕੁਆਲੀਫਿਕੇਸ਼ਨ ਰੱਖੀ ਹੈ ਜੀ UGC AICT ਦੇ ਜਿਹੜੀਆਂ ਸ਼ਰਤਾਂ ਦੇ ਅਕੋਰਡਿੰਗ ਹੋਣੀ ਚਾਹੀਦੀ ਹੈ PhD ਠੀਕ ਹੈ ਜੀ ਜੇਕਰ ਤੁਹਾਡੀ PhD ਨਹੀਂ ਹੋਵੇਗੀ ਤੇ ਜਿਹੜਾ PhD ਜਿਹੜਾ ਕੈਂਡੀਡੇਟ ਐਬਸੈਂਟ ਹੋਵੇਗਾ ਤੇ ਉਸ ਦੀ ਕੇਸ ਦੇ ਵਿੱਚ ਜਿਹੜਾ ਲੋਅਰ ਕੁਆਲੀਫਿਕੇਸ਼ਨ ਨੂੰ ਜਿਹੜੀ ਤਰਜੀਹ ਦਿੱਤੀ ਜਾਵੇਗੀ ਤੇ ਇਸ ਦੀ ਜਿਹੜੀ ਸੈਲਰੀ ਹੋਵੇਗੀ अर्ली ਬੇਸਿਸ ਤੇ ਠੀਕ ਹੈ ਜੀ 1000 ਰੁਪਏ ਹੋਵੇਗੀ ਅਤੇ 750 ਰੁਪਏ ਹੋਵੇਗੀ ਮੰਥਲੀ ਸੈਲਰੀ ਵੱਧ ਤੋਂ ਵੱਧ ਜਾਵੇਗੀ 50 ₹100 ਹੋਵੇਗੀ ਠੀਕ ਹੈ ਜੀ ਬਾਕੀ ਜਿਹੜੀ ਤੁਸੀਂ ਜਿਹੜੀ ਇਨਫੋਰਮੇਸ਼ਨ ਪੜ ਸਕਦੇ ਹੋ ਅਤੇ ਨਾਲ ਦੀ ਨਾਲ ptju.ac.in ਤੇ ਜਾ ਕੇ ਇਹਨਾਂ ਦੀ ਪੂਰੀ ਜਿਹੜੀ ਇਨਫੋਰਮੇਸ਼ਨ ਤੁਸੀਂ ਲੈ ਕੇ ਇਹ ਜਿਹੜਾ ਇਹਨਾਂ ਅਸਾਮੀਆਂ ਲਈ ਅਪਲਾਈ ਕਰਨਾ ਹੈ ਠੀਕ ਹੈ ਤੇ ਇਹਨਾਂ ਦਾ ਜਿਹੜਾ ਆਨਲਾਈਨ ਫਾਰਮ ਦੀ ਜਿਹੜੀ ਡੇਟ ਹੈ 22/9/2020 ਤੋਂ ਆਨਲਾਈਨ ਫਾਰਮ ਸਟਾਰਟ ਹੋ ਚੁੱਕੇ ਨੇ ਤੇ ਅਤੇ ਲਾਸਟ ਡੇਟ ਹੈ ਸਬਮਿਟ ਕਰਨ ਦੀ 28/9/2020 ਰੱਖੀ ਗਈ ਹੈ 5 ਵਜੇ ਤੱਕ ਠੀਕ ਹੈ ਜੀ ਲਾਸਟ ਡੇਟ ਤੁਸੀਂ ਯਾਦ ਰੱਖਣੀ ਹੈ ਕਿ 28/9/2020 ਰੱਖੀ ਗਈ ਹੈ ਤਾਂ ਦੋਸਤੋ ਐਸਆਈ ਕੇ ਗੁਜਰਾਲ ਪੀਟੀਯੂ ਵਿੱਚ ਜੋ ਗੈਸਟ ਫੈਕਲਟੀ ਦੀਆਂ ਭਰਤੀਆਂ ਬਾਰੇ ਜਾਣਕਾਰੀ ਅਤੇ ਹੋਰ ਨਾ ਜੌਬਸ ਦੀ ਜਾਣਕਾਰੀ ਵਾਸਤੇ ਸਾਡੇ ਇਸ ਚੈਨਲ ਨਾਲ ਜੁੜੇ ਰਹੋ ਅਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ